ਤਾਂ ਹਾਂਜੀ ਵੈਲਕਮ ਬੈਕ ਗਾਇਸ, ਕੀ ਹਾਲ ਚਾਲ ਆ ਸਾਰਿਆਂ ਦੇ? ਹੋਪ ਕਰਦਾ ਸਾਰੇ ਬਾਈ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ। ਯਾਰ ਤੂੰ ਜਿਹੜਾ ਹੱਦਾਂ ਉਹਨਾਂ ਨੇ ਮੈਨੂੰ ਬੜੀ ਖਿੱਚ ਚੜਦੀ ਹੈ, ਤੂੰ ਹੱਦਾਂ ਵਾ ਜਗਰਾਵ ਜਿਹੜਾ ਕੋਈ ਰੇੜੀ ਨਹੀਂ ਜੱਟੀ ਜਿੱਤੋਂ ਇਹ ਹਾਰਿਆ ਨਾ ਹੋਵੇ ਲੁਧਿਆਣਾ। ਹੁਣ ਬਾਈ ਲੁਧਿਆਣੇ ਆਇਆ ਹਾਰਨ ਲਈ, ਪਰ ਹਾਰਨਾ ਨਹੀਂ ਯਾਰ, ਜਿੱਤਣਾ ਵਾ ਬੜੀ। ਮਤਲਬ ਮੈਂ ਬਣਾ ਨਹੀਂ ਰਹੀ ਚੈਲੰਜ, ਹਰਸ਼ ਮੈਨੂੰ ਸਪੈਸ਼ਲੀ ਪੰਪ ਮਾਰੇ ਆ। ਹਰਸ ਕਹਿੰਦਾ ਬਹੁਤ ਦਿਨ ਹੋ ਗਏ ਤੈਨੂੰ ਹਾਰ ਤੈਨੂੰ ਦੇਖਿਆ, ਅੱਜ ਦੇਖਣਾ ਚਾਹੁੰਦਾ ਪੰਪ ਮਾਰੇ। ਹਰਸ਼ ਨੇ ਮੈਨੂੰ ਕਹਿੰਦਾ ਚੈਲੰਜ ਕਰਦੇ ਹਾਂ ਆਪਾਂ, ਕਹਿੰਦਾ ਚੈਲੰਜ ਕਾਹਤੋਂ ਨਹੀਂ ਕਰਦਾ ਹੈਗਾ। ਮੈਂ ਕਿਹਾ ਤੈਨੂੰ ਪਤਾ ਹੀ ਹੈ ਮੈਂ ਹਾਰ ਜਾਣਾ, ਤਾਂ ਕਰਕੇ ਚੈਲੰਜ ਨਹੀਂ ਕਰਦਾ। ਕਹਿੰਦਾ ਕੋਈ ਚੱਕਰ ਨਹੀਂ, ਅੱਜ ਨਹੀਂ ਹਾਰਦਾ ਹੈਗਾ, ਤਾਂ ਕਰਕੇ ਮੈਂ ਪੰਪਾਂ 'ਚ ਆ ਗਿਆ ਬਾਈ। ਸੋਚਿਆ ਫਿਰ ਮੈਂ ਕਿਉਂ ਨਾ ਪੀਜ਼ਾ ਚੈਲੰਜ ਕੀਤਾ ਹੋਵੇ, ਪੀਜ਼ਾ ਕੁਲਚਾ ਚੈਲੰਜ। ਤੇ ਬਾਈ ਅੱਜ ਨਾਟ ਨਾਲ ਲੜਿਓ ਵੀ ਕੈਰੀ ਤੇ, ਫੇਰ ਰਿਪੀਟ ਕੱਪੜੇ ਪਾਏ ਹੋਏ ਆ ਬਾਈ। ਪਹਿਲਾਂ 1 ਮਿੰਟ ਪਹਿਲਾਂ ਹੀ ਦੂਜੀ ਵੀਡੀਓ ਬਣਾ ਕੇ ਆਏ, 1 ਮਿੰਟ ਪਹਿਲਾਂ ਹੀ ਅੱਜ, ਮਤਲਬ ਅਸੀਂ ਵੀਡੀਓ 1 ਦਿਨ 'ਚ 3 ਵੀਡੀਓ ਬਣਾਈਆਂ, ਤਾਂ ਕਰਕੇ ਯਾਰ ਕਮੈਂਟ ਨਾ ਕਰਿਆ ਕਰ, ਰੋਣ ਲੱਗ ਜਾਂਦਾ ਸਾਡੇ ਕੋਲ ਆ ਕੇ। ਫੇਲ ਲੱਗ ਗਿਆ, ਫੇਲ ਲੱਗ ਗਿਆ। ਕੈਰੀ ਦੇ ਕੱਪੜੇ ਚੇਂਜ ਕਰਾਓ ਜੀ, ਕੱਪੜੇ ਪਜਾਮਾ ਚੇਂਜ ਕਰਾਓ, ਇਹ ਜੀ ਹੁੰਦੀ ਆ ਬਾਈ ਨੂੰ ਕਹਿੰਦਾ 3 ਕੁਲਚੇ ਵਾਲੇ। ਤੇ ਦੇਖੋ ਬਾਈ ਬਣਾਉਂਦਾ ਕਿਵੇਂ ਪਹਿਲਾਂ ਸਿਸਟਮ ਸਾਰਾ। ਆ ਰਿਹਾ ਪਿਆ, ਇਦਾਂ ਮੰਨਦਾ ਆਵਾਜ਼ ਯਾਰ, ਦੇਖਿਆ ਹੋ ਰਿਹਾ ਬਾਈ, ਉਹ ਪਿਆ ਬਾਈ। ਬਸ ਬਾਈ ਬੜੀ ਪੰਪ ਮਾਰ ਕੇ ਲੈ ਕੇ ਆਏ ਆ ਬੰਦੇ, ਤੇ ਆਉਣਾ ਬਣਦਾ ਵੀ ਸੀਗਾ ਯਾਰ, ਹਨਾ ਤਾਂ ਟਰਾਈ ਵੀ ਬਾਈ ਪਹਿਲੀ ਵਾਰ ਕਰਨ ਲੱਗਿਆ, ਦੇਖਦੇ ਹੁਣ ਕਿੱਦਾਂ ਰਹਿੰਦਾ ਕੰਮ। ਸਵਾ ਸਵਾ ਜਲਦੀ ਖਾ ਜਾਗੇ, ਟਰਾਈ ਪਹਿਲੀ ਵਾਰ ਕਰਨ ਲੱਗਿਆ, ਪਰ ਹਾਰਨ ਤਾਂ ਨਹੀਂ ਪਹਿਲੀ ਵਾਰ ਲੱਗਿਆ। ਨਹੀਂ ਉਹ ਤਾਂ ਨਾਰਮਲ ਆ, ਹਾਰਨਾ ਵੀ ਬਾਈ ਐਕਸਪਰਟ ਬੰਦਾ ਹਾਰ ਸਕਦਾ, ਤੇਰੇ ਕਾ ਥੋੜੀ ਹਾਰ ਸਕਦਾ ਵਾ। ਗੰਦੀਆਂ ਬਾਈ ਜਿਹੜਾ ਹੱਸ ਰਿਹਾ ਨਾ, ਮੈਨੂੰ ਬਹੁਤ ਵਿਵਹਾਰ ਗੱਲ ਆ ਗਿਆ, ਜਿਵੇਂ ਤੇਰਾ ਜਿੱਤਣਾ ਟੈਲੈਂਟ ਆ ਮੇਰਾ ਹਾਰਨ ਟੈਲੈਂਟ। ਹਾਂਜੀ ਹਾਂਜੀ, ਮਾਈਕ ਟੈਸਟਿੰਗ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਆਏ ਹੋਏ ਹਾਂ ਜੀ ਲੁਧਿਆਣੇ ਦੇ ਵਿੱਚ, ਅਤੇ ਅੱਜ ਆਪਣੇ ਨਾਲ ਨੇ ਜੀ ਬੁੱਟਰੀ ਅਤੇ ਨਾਲ ਆਪਣੇ ਨੇ ਕੈਰੀ ਜੀ, ਅਤੇ ਅੱਜ ਆਪਾਂ ਬਾਈ ਜੀ ਕਰਨ ਵਾਲੇ ਹਾਂ ਪੰਜਾਬੀ ਕੁਲਚਾ, ਸੋਰੀ ਉਹ ਕੀ ਆ ਉਹ ਪੀਜ਼ਾ ਕੁਲਚਾ ਚੈਲੰਜ ਜੀ। ਅਤੇ ਅੱਜ ਵਾਲੇ ਚੈਲੰਜ ਵਿੱਚ ਮੇਨ ਚੱਕਰ ਇਹ ਆ ਕਿ ਬੁੱਟਰ ਨੂੰ ਹਾਰਦੇ ਹੋਏ ਦੇਖਣਾ ਚਾਹੁੰਦੇ ਹਾਂ ਬਹੁਤ ਤਰੀਕੇ ਨਾਲ, ਕਿਉਂਕਿ ਬੁੱਟਰ ਜੀ ਨੇ ਜੇ ਪਤਾ ਕੀ ਚੱਕਰ ਅੱਜ ਤਾਂ ਐਂ ਹੋਣਾ ਵੀ, ਜੇ ਬੁੱਟਰ ਹਾਰਿਆ ਜਦੋਂ ਸਕੂਨ ਮਿਲਦਾ ਮੈਨੂੰ ਜੀ, ਮੇਰੀ ਰੂਹ ਨੂੰ ਸਕੂਨ ਮਿਲਦਾ, ਕਿਉਂਕਿ ਕੁਲਚਾ ਵਾ ਜਿਹੜਾ, ਕੁਲਚੇ ਤੋਂ ਵੀ ਜੇ ਵਾਰ ਬੁੱਟਰ ਹਾਰ ਗਿਆ ਤਾਂ ਹੁਣ ਪਤਾ ਕੀ, ਚਲੋ ਬਿਰਿਆਨੀ ਤੋਂ ਵੀ ਮੰਨ ਲੈਂਦੇ ਹਾਂ, ਗੋਲ ਗੱਪੇ ਵੀ ਮੰਨ ਲੈਂਦੇ ਹਾਂ, ਕੋਕ ਵੀ ਮੰਨ ਲੈਂਦੇ ਹਾਂ, ਕੋਕ ਵੀ ਮੰਨ ਲੈਂਦੇ ਹਾਂ, ਮੋਮੋਜ਼ ਵੀ ਮੰਨ ਲੈਂਦੇ ਹਾਂ ਵੀਰੇ, ਕੁਲਚੇ ਵੀ ਮੰਨ ਲੈਂਦੇ ਹਾਂ, ਭਟੂਰੇ ਵੀ ਮੰਨ ਲੈਂਦੇ ਹਾਂ ਵੀਰੇ, ਬਸ ਵੀਰੇ ਪਰ ਕੁਲਚਾ ਵੀਰੇ ਕਿਹੋ ਹੀ ਤੇ। ਮੈਂ ਇੱਕ ਚੀਜ਼ ਕਹਿਣ ਲੱਗਿਆ, ਹੁਣ ਤਾਂ ਮੈਨੂੰ ਉਮੀਦ ਆਈ ਬੁੱਟਰ ਨੇ ਆਹ ਚੀਜ਼ ਕੱਟ ਦੇਣੀ ਆ, ਬੁੱਟਰ ਦੇ ਚੈਨਲ 'ਤੇ ਮੈਂ ਇੰਨਾ ਦਬਦਬਾ ਬਣਾ ਲਿਆ, ਜੇ ਮੈਂ ਇਹਨਾਂ ਨੂੰ ਕਹਿਤਾ ਨਾ ਬਈ ਬੁੱਟਰ ਨੂੰ ਗਾਲਾਂ ਕੱਢ ਦਿਓ, ਹੁਣ ਹੀ ਕੱਢਣਗੇ ਕਮੈਂਟਾਂ ਦੇ ਵਿੱਚ, ਕੈਰੀ ਦਾ ਦਬਦਬਾ ਬਣ ਗਿਆ ਬਈ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਵਾਂ, ਇਹ ਇੱਕ ਗੱਲ ਹੋਰ ਸੁਣ ਲਾ, ਹੁਣ ਪਿੱਛੋਂ ਕੇ ਹੁਣ ਕੈਰੀ ਕੋਲੇ ਆ, ਮੈਂ ਤਾਂ ਵਾਈਟ ਨਾ ਲਾ ਪਿੱਛੋਂ ਕੇ ਗੱਲ ਸੁਣ ਵੀਰੇ ਸਾਡੀ ਜ਼ੋਰਤ ਵਾਲੀ ਗੱਲ। ਦੇਖੋ ਬਾਈ ਮੈਂ ਤੈਨੂੰ ਇਹ ਵੀ ਦੱਸ ਦਿੰਦਾ, ਤੂੰ ਏਡਾ ਉਹ ਤੋਂ ਬਾਅਦ ਬਣ ਚੁੱਕਿਆ ਵਾ ਚੈਲੰਜ ਜਿੱਤ ਕੇ, ਹੁਣ ਜੇ ਬੁੱਟਰ ਵੀ ਜਿੱਤ ਗਿਆ ਨਾ ਤੂੰ ਕਹੇਗਾ ਬਾਈ ਇਹ ਹਾਰੇ ਆ ਲੋਕਾਂ ਨੇ ਮਨ ਮੇਰੇ। ਸਹੀ ਗੱਲ ਹੈ, ਇੱਥੇ ਹੁੰਦਾ ਪਿਛਲੇ ਮੈਚ ਨਾਲ ਜਿਹੜਾ ਕੋਕ ਜਿੱਤੇ ਸੀਗੇ ਤੁਸੀਂ, ਕੈਰੀ ਦੇ ਕਮੈਂਟ ਆ ਰਹੇ ਕਹਿੰਦੇ ਕੈਰੀ ਜਿੱਤਿਆ ਬਾਈ, ਕੈਰੀ ਨੇ ਧੋਖਾ ਕੀਤਾ ਤੇਰੀ ਉਹ ਪਰ ਹਾਰਿਆ ਇਹ। ਹਲੋ ਮੈਂ ਤਾਂ ਜਿੱਤਿਆ, ਤੇਰੇ ਨੇ ਜਿੱਤਿਆ ਆ ਰਿਹਾ ਸੀ, ਪਰ ਜ਼ਿਆਦਾ ਕਮੈਂਟ ਆ ਰਹੇ ਸੀ ਕੈਰੀ ਜਿੱਤਿਆ ਬਾਈ, ਐਵੇਂ ਹੀ ਆ ਬਾਈ ਐਵੇਂ ਹੀ ਆ, ਕੈਰੀ ਤਾਂ ਹਾਰਿਆ ਯਾਰ ਉਹਨਾਂ ਦਾ ਯਾਰ, ਇਹਦਾ ਫਿਰ ਗਲਤ ਹੋ ਰਿਹਾ ਸਿਸਟਮ। ਜਿੱਤੇ ਆਪਾਂ ਬੁੱਟਰ ਹਾਰਿਆ, ਬੁੱਟਰ ਤਾਂ ਹਾਰੇ ਹੀ ਹਾਰਿਆ ਵਾ, ਤੂੰ ਵੀ ਜਿੱਤਿਆ ਵਾ, ਮੈਂ ਵੀ ਜਿੱਤਿਆ, ਨਹੀਂ ਤੂੰ ਤਾਂ ਹਾਰਿਆ ਵਾ, ਬੁੱਟਰ ਤਾਂ ਦੁਨੀਆ ਤੋਂ ਹੀ ਹਾਰਿਆ ਹੋਇਆ ਬੰਦਾ ਯਾਰ, ਬੁੱਟਰ ਜੰਮੇ ਉਹਦੀ ਹਾਰ ਗਿਆ ਸੀਗਾ ਯਾਰ। ਚਲੋ ਬਾਈ ਹੁਣ ਪੀਜ਼ਾ ਲਵਾਇਆ ਹੋਇਆ ਵਾ ਕੁਲਚਾ ਪੀਜ਼ਾ, ਅਤੇ ਜਲਦੀ ਜਲਦੀ ਆਪਾਂ ਇੱਧਰ ਪਾਰ ਕੇ ਜਾ ਕੇ ਬਾਈ ਚੈਲੰਜ ਕਰਦੇ ਹਾਂ, ਚਲੋ ਫਿਰ ਦੇਖਦੇ ਹਾਂ ਕਿਹੜਾ ਜਿੱਤਦਾ ਬਾਈ। ਕਹਿੰਦਾ ਚੈਂਪੀਅਨ ਹਰਸ਼ ਜਗਰਾਓ ਆ ਗਿਆ, ਕਹਿੰਦੇ ਸਾਹਮਣੇ ਚੈਂਪੀਅਨ ਚੈਂਪੀਅਨ ਇਹਨੇ ਬਣਨਾ ਹੀ ਆ ਬਾਈ, ਮੈਨੂੰ ਪੂਰਾ ਯਕੀਨ ਹੋ ਗਿਆ ਵਾ, ਗਰਮ ਆ ਇਹ ਥੋੜ੍ਹਾ ਜਿਹਾ ਗਰਮ ਆ ਨਾ, ਠੰਡਾ ਕਰ ਲਓ ਬਾਈ ਠੰਡਾ, ਨਹੀਂ ਨਹੀਂ ਹਜੇ ਥੋੜ੍ਹਾ ਠੰਡਾ ਹੋ ਲੈਂਦਾ ਬਾਈ, ਇਹਨੂੰ ਫੂਕਾ ਫਾਕਾ ਮਾਰੋ ਇਹ 'ਤੇ ਮਾੜੀਆਂ ਜਿਹੀਆਂ, ਇਹ ਤਾਂ ਜਾਲਮ ਬੰਦਾ, ਇਹਨਾਂ ਦਾ ਗਰਮ ਵੀ ਨਿਗਾ ਜਾਣਾ ਵਾ ਹਨਾ, ਰੱਖਿਆ ਦੇਖੋ ਜੀ ਪਹਿਲਾਂ ਕਿੱਥੇ ਆ, ਕੈਰੀ ਉਹ ਕੈਰੀ ਚੱਬਦਾ ਨਹੀਂ ਗਾ ਸਰ, ਗੱਲ ਇਹ ਆ ਉਹ ਦੂਜਾ ਵੀ ਗਿਆ, ਸਪੀਡ ਉਹਦੀ ਵੀ ਝੋਟੇ ਦੀ ਪੂਰੀ ਜ਼ਿਆਦਾ ਵਾ, ਇਹ ਨਹੀਂ ਦੱਬਦਾ ਬਈ, ਇਹ ਜਿੱਤ ਗਿਆ
ਕਮੈਂਟ ਧਾਗਾ ਪਾ ਦਿਓ, ਹਰਸ਼ ਚੈਂਪੀਅਨ ਕਰ ਦਿਓ ਬਾਈ ਜੀ, ਮੈਨੂੰ ਇਹ ਲੱਗਦਾ ਹਾਰੂਗਾ ਹਾਰੂਗਾ। ਤੁਹਾਨੂੰ ਆਪ ਹੀ ਪਤਾ ਲੱਗਦਾ ਵੀ ਪਲੇਟ ਦੇਖ ਕੇ ਬਸ ਮੈਂ ਉਹਨੂੰ ਹੌਸਲਾ ਦੇ ਰਿਹਾ। ਕੈਰੀ ਬਾਈ ਤੂੰ ਕਿਹੜੇ ਗ੍ਰਹਿ ਤੋਂ ਆਇਆ, ਮੈਂ ਦੱਸ ਦਿਓ ਅੱਜ ਸਾਵਨ ਕਰਦੇ, ਅੱਜ ਪਤਾ ਲੱਗ ਜੂਗਾ। ਮਤਲਬ ਅਲੱਗ ਜਿਹਾ ਬੰਦਾ ਹਨਾ, ਜਲਦੀ ਜਲਦੀ ਹਰੇਕ ਚੀਜ਼ ਖਾ ਜਾਂਦਾ ਯਾਰ। ਦੇਖੋ ਇੱਧਰ ਇੰਨੇ ਪਏ ਆ, ਇੱਧਰ ਅੱਧੀ ਪਈ ਆ ਪਲੇਟ ਯਾਰ, ਕੀ ਕਹੀਏ ਤੈਨੂੰ ਹੁਣ, ਕਿੱਧਰ ਜਾਏ ਤੂੰ। ਬਸ ਸਪੀਡ ਵੀ ਬਾਹਲੀ ਆ, ਇੱਕ ਐਂ ਹੁੰਦਾ ਨਾ ਬੰਦੇ ਦਾ ਮੂੰਹ ਭਰ ਗਿਆ ਹੀ ਖਾਧਾ ਨਹੀਂ ਜਾ ਰਿਹਾ, ਇਹ ਤਾਂ ਨਘਾ ਹੀ ਜਾਂਦਾ, ਐਂ ਨੰਘਾਉਂਦਾ ਜਿਵੇਂ ਹਰਸ਼ ਨੂੰ ਟਰਾਈ ਕੀਤਾ। ਆਪਾਂ ਐਂ ਨੰਘਾਉਂਦੇ ਹਾਂ ਉਹਦੇ ਪਾਣੀ ਪਾਣੀ ਉਹਦੇ ਪਾਣੀ ਕਿਉਂਕਿ ਕੈਰੀ ਦੇ ਬੁੱਟਰ ਦਾ ਚੈਲੇਂਜ ਹੋਣਾ ਚਾਹੀਦਾ, ਤਾਂ ਕਰਕੇ ਹਾਰਿਆ ਬਾਈ। ਉਹਨੇ ਤੇਰੀ ਇੱਜ਼ਤ ਰੱਖੀ ਆ, ਠੀਕ ਆ, ਨਹੀਂ ਤਾਂ ਉਹਦੀ ਸਪੀਡ ਹਾਲਿਆ ਤੂੰ ਜਾਣ ਨਹੀਂ ਸਕਦਾ, ਉਹ ਖਾਲੀ ਕਰਦੀ ਜਲਦੀ ਆ ਕਰਦੀ, ਠੀਕ ਆ, ਕਰ 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 ਦੇਖਦੇ ਹਾਂ ਬਾਈ। ਪਰ ਕੈਰੀ ਦੇ ਹੋਰ ਹੋਣਾ ਐਡਾ ਵੱਡਾ ਸੀਗਾ ਕੁਲਚਾ ਜਿਹਾ, ਡੇਢ ਮਿੰਟ 'ਚ ਖਾ ਗਿਆ। ਸਪੀਡ ਬਾਹਲੀ ਜ਼ਿਆਦਾ ਬਾਈ, ਮੈਂ ਤਾਂ ਹਾਰੂੰਗਾ ਇੱਧਰ ਇੰਨਾ ਪਿਆ ਨੀ। ਚਲੋ ਬਾਈ ਹੁਣ ਪਾਣੀ ਪੂਣੀ ਪੀਓ, ਤੇ ਤੁਹਾਡਾ ਚੈਲੇਂਜ ਮੇਰੇ ਨਾਲ ਹੋਣ ਜਾ ਰਿਹਾ ਵਾ, ਕਿਉਂਕਿ ਤੁਹਾਨੂੰ ਪਿਆਸ ਬਹੁਤ ਹੀ ਜ਼ਿਆਦਾ ਲੱਗ ਰਹੀ ਹੈ। ਤੂੰ ਕਿੰਨਾ ਜਾਲਾ ਬੰਦਾ ਨਾ, ਕਿੰਨਾ ਦਰਿੰਦਾ ਆ, ਦੇਖੀ ਦੇਖੋ ਬਾਈ ਸ਼ਕਲ ਦੇਖੋ, ਦੇਖੋ ਬਾਹਲਾ ਹੀ ਦਰਿੰਦਾ ਵਾਲਾ। ਕਹਿੰਦੇ ਜੀ ਰੋਡ ਦੇ ਉੱਤੇ ਲੱਗੇ ਨੇ ਮੁੰਡੇ ਜੀ ਪੰਗੇ ਲੈ ਵਾਲੇ, ਇੱਕ ਪਾਸੇ ਬੁੱਟਰ ਹਾਰ ਗਈ ਯਾਰ, ਜੇ ਹੁਣ ਹਜੇ ਹਾਰ ਗਏ ਨੇ ਕਹਿੰਦਾ ਮੈਂ ਤੇਰੇ ਕਰਕੇ ਹਾਰਿਆ, ਇੱਕ ਵਾਰੀ ਖਾਧਾ ਹੋਇਆ ਫਿਰ ਵੀ ਉਹ ਕਿੱਥੇ ਫਿਰਦਾ, ਉਹ ਨਘਾਉਂਦਾ ਨਘਾਉਂਦਾ ਹੈ ਕਿ ਨਹੀਂ ਤੂੰ, ਬੁੱਟਰ ਦੇਖ ਲੋ ਲੈ ਐਡੀ ਗੋਗੜ ਵਧਾਈਏ, ਫਾਇਦਾ ਕੀ ਆ ਤੇਰਾ ਓਏ ਭੈਣ ਦੱਸ। ਦੇਖਦੇ ਆ ਬਾਈ ਪੂਰਾ ਟੱਕਰ ਦਾ ਮੁਕਾਬਲਾ ਵਾ, ਬੁੱਟਰ ਨਹੀਂ ਬਾਈ, ਬੁੱਟਰ ਹੈ ਬਾਈ ਅੱਗੇ ਆ, ਬੁੱਟਰ ਵੀਰੇ ਅੱਗੇ ਆ, ਤੂੰ ਓਏ ਚੱਕ ਸਕਦਾ ਤੂੰ ਕੰਮ, ਓਏ ਬੁੱਟਰ ਚੱਕ ਦੇ ਚੱਕ 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 ਦੇ, ਓਏ ਵੀਰੇ ਕੈਰੀ ਭੱਜਣ ਲਾਤਾ ਅੱਖਾਂ 'ਚੋਂ ਪਾਣੀ ਕੱਢਤਾ, ਕਹਿੰਦੇ ਕੈਰੀ ਦੇ ਵੀ ਆਹ ਦੇਖੋ ਬਾਈ ਬੰਦ ਸਾਰੀ ਲਾਉਂਦੇ ਹੁੰਦੇ ਆ ਬਾਈ, ਆ ਜਾਓ ਉਹਨੂੰ ਨੀ ਲੱਗਦੀ ਇੱਥੇ ਕੀ ਗੱਲ ਬਾਈ, ਤੈਨੂੰ ਹੀ ਕਿਉਂ ਲੱਗਦੀ ਆ, ਉਹ ਸੜਦੀ ਕਹਿੰਦੇ ਜੀ ਪਲੇਟ ਤੇ, ਕਹਿੰਦੇ ਜੀ ਬੰਦ ਘੁਮਾਉਣਾ ਹੀ ਬਾਕੀ ਹੈ, ਜਿੱਤ ਕਰੀ ਦੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ ਜੀ, ਕਹਿੰਦੇ ਮੇਰੇ ਵੀਰੇ ਉਹ ਚੱਕਦੇ ਫੱਟੇ ਦੱਬਤੀ ਕਿੱਲੀ ਸੁਬਹ ਜਲੰਧਰ ਸ਼ਾ, ਸੁਬਹ ਜਲੰਧਰ ਸ਼ਾਮ ਨੂੰ ਕਹਿੰਦੇ ਜੀ ਮੇਰੇ ਵੀਰੇ ਉਹ ਲੁਧਿਆਣੇ ਆ ਗਏ ਕੈਰੀ ਵੀਰੇ ਜੀ, ਆਹ ਜਿੱਤ ਚੁੱਕਿਆ ਜੀ ਅਤੇ ਆਹ ਬੱਗਾ ਜੀ, ਕਿ ਨਾ ਬੱਗਾ ਜੀ ਵੀਹਤੀ ਬੱਗਾ ਵੀਹਤੀ ਬੁੱਟਰ, ਪਰ ਫਿਰ ਡਿਫਰੈਂਸ ਇਹ ਆ ਕਿ ਬੱਗਾ ਜਿੱਤ ਜਾਂਦਾ ਤੇ ਬੁੱਟਰ ਹਮੇਸ਼ਾ ਹਾਰ ਜਾਂਦਾ ਮੇਰੇ ਵੀਰੇ, ਜਿੱਤਣਾ ਪ੍ਰਤੀਕ ਹੈ ਹਾਰ ਦਾ। ਚਲੋ ਫਿਰ ਮੁੰਡਿਓ ਇਹ ਸੀਗਾ ਆਪਣਾ ਲਾਸਟ ਫੂਡ ਚੈਲੰਜ, ਲਾਸਟ ਕਹਿ ਕੇ ਉਸ ਤੋਂ ਫੇਰ ਲੈ ਆਉਂਦਾ, ਉਹ ਮੇਰੀ ਜ਼ਮੀਰ ਜਾਗ ਪੈਂਦੀ ਆ, ਉਹ ਤੂੰ ਇਹਦੇ ਨਾਲ ਲਾਇਆ ਨਾ ਕਰ, ਤੂੰ ਕਿਸੇ ਹੋਰ ਨਾਲ ਲਾਇਆ ਕਰ,
ਨਹੀਂ ਜਾਗਦੀ ਵੀਰੇ, ਉਹ ਜਾਗਦੀ ਤੂੰ ਇੱਦਾਂ ਨਾ ਕਰਦਾ ਆਰਾਮ ਨਾ ਪਿਆ ਵਾ ਤੁਸੀਂ, ਇਹਦਾ ਕਿੰਨੀ ਮਾੜੀ ਆ। ਕਹਿੰਦੇ ਜੀ ਮਿਸਟਰੀ ਬਾਈ ਇਹਨੂੰ ਜਲਦੀ ਤਾਂ ਮੈਂ ਵੀ ਖਾ ਗਿਆ ਸੀਗਾ ਦੇ ਬਾਬਾ ਗੋਗੜ ਦਾ, ਇਹਦਾ ਕੀ ਫਾਇਦਾ ਹੋਇਆ ਤੇਰਾ ਦੱਸ ਦੇ ਮੈਨੂੰ ਬਾਈ। ਸਾਵੀ ਨੀ ਖਾਦਾ ਕਿਆ ਫਿੜੇ ਮੂੰਹ ਤੇਰੇ, ਸਵਾਦ ਤਾਂ ਵੀ ਨਹੀਂ ਖਾਦਾ, ਸਵਾਦ ਤਾਂ ਵੀ ਨਹੀਂ ਖਾਦਾ ਕਹਿੰਦੇ ਮਾੜਾ ਹੁੰਦਾ ਫਿਰ ਕੀ ਕਰਦਾ, ਐਵੇਂ ਕੱਟ ਐਵੇਂ ਕੱਟੇਗਾ ਤੂੰ। ਹੈਲੋ ਬਾਈ ਜੇ ਕੱਟੀ ਮੈਂ ਆਪਦੇ ਵਲੋਗ ਚ ਪਾਉਂ। ਹਾਂ ਓਏ ਮੇਰੇ ਤੇ ਤੂੰ ਪਹਿਲਾਂ ਕੁਲਚਾ ਖਾ ਓਏ, ਹੂਟਰ ਦਾ ਮੇਰ ਨਾਲ ਆਉਂਦਾ ਮੈਂ ਵੀ ਇਹਨੂੰ ਮਿੰਟ ਤੇ ਰਾ ਦੇਣਾ ਸੀ, ਤੂੰ ਖਰਾਈ ਦੇਣਾ ਮੈਨੂੰ ਪਤਾ ਹੀ ਆ। ਹੂੰ ਹੋ ਗਿਆ ਪੁੱਤਰ ਬਾਈ, ਕੈਮਰਾ ਵੀ ਨਹੀਂ ਪਤਾ ਲੱਗ ਰਿਹਾ ਤੇਰੇ ਤੇ, ਮੈਂ ਹਾਰ ਨਹੀਂ ਖਾਇਆ ਯਾਰ ਬਾਈ। ਆਤੋ ਬਾਹ ਨਹੀਂ ਜਿੱਤਣਾ ਵੀ ਜੀ ਹੁੰਦੀ ਹੈ, ਆਤੋ ਬਾਹ ਨਹੀਂ ਮੈਂ ਕਰਦਾ, ਉਹਨੂੰ ਜਿੱਤਣਾ ਹੁੰਦਾ, ਮੈਂ ਕਰਦੇ ਨਹੀਂ ਆਤੋ ਬਾਹ, ਇੱਕ ਜਿੱਤਣਾ ਦੀ ਚੀਜ਼ ਉਹਨੂੰ ਹੁੰਦਾ, ਮਤਲਬ ਜਿੱਤਣਾ ਹੁੰਦਾ ਵੀਰੇ, ਹੁੰਦਾ ਹੁੰਦਾ ਆਉਂਦਾ ਜਾਂਦਾ ਪਹੁੰਚਾ ਛੱਡ ਗਿਆ ਯਾਰ ਇਹ ਬੰਦੇ, ਮੈਨੂੰ ਸਪੈਸ਼ਲ ਲੁਧਿਆਣੇ ਲੈ ਕੇ ਆਏ ਆ, ਕਹਿੰਦੇ ਨੇ ਜਿਤਾਉਣਾ ਜੀ ਜਿਤਾਉਣਾ, ਆਹ ਦੇਖੋ ਮਾਰ ਕੇ ਰੱਖਦਾ ਹਾਰ ਹੂਰ ਚੱਲਦੀ ਰਹਿੰਦੀ ਆ, ਕਿਤੇ ਜਿੱਤ ਵੀ ਚੱਲੂਗੀ, ਜਿੱਤ ਜਿੱਤ ਚਲੀ ਗਈ ਜ਼ਿੰਦਗੀ ਤੋਂ। ਅੱਛਾ ਚਲੀ ਗਈ ਬਾਈ, ਮੈਂ ਨਿੱਕਾ ਹੁੰਦਾ ਜਾਂਦਾ ਸੀ ਉਹ ਵੀ ਰੋਂਡੀ ਨਾਲ, ਹੁਣ ਇਹਨਾਂ ਨਾਲ ਰੋਂਡੀ ਪੀਣੀ ਪਿਆ ਕਰੂ ਬਾਈ, ਹੁੰਦਾ ਲੈ ਹਰਸ਼ ਪੀਂਦਾ। ਅੱਛਾ ਅੱਛਾ ਨਹੀਂ, ਪਿਛਲੀ ਵਾਰ ਤਾਂ ਮੈਂ ਜਿੱਤਿਆ ਕਮੈਂਟ ਵੱਧਦਾ ਬਾਈ, ਇਹ ਥੋੜਾ ਨਾ ਇਹ ਬੰਦਾ ਥੋੜਾ ਇਮੋਸ਼ਨਲ ਕਰ ਦਿੰਦਾ ਹੋਣਾ ਸਾਰਿਆਂ ਨੂੰ ਤੁਹਾਨੂੰ। ਸਿਰਫ 400 ਜਾਣੇ ਨੇ ਕਿਹਾ ਸੀ ਪੁੱਟਰ ਰੋਂਡੀ ਆ, ਬੜਾ ਪਿਆਰ ਕੀਤਾ। ਚਲੋ ਬਾਈ ਇਹ ਸੀਗੀ ਆਪਣੀ ਆਦਿ ਘੈਣ ਜੀ ਵੀਡੀਓ, ਮਤਲਬ ਤੁਹਾਡੇ ਲਈ ਘੈਣ ਜੀ ਯਾਰ। ਦੇਖੋ ਹੁਣ ਮੈਂ ਹਾਰ ਗਿਆ, ਮੈਂ ਪੂਰੇ ਪੰਪ ਮਾਰੇ ਮੈਨੂੰ ਜਗਰਾਉਣ ਤੋਂ, ਤੈਨੂੰ ਜਿਤਾਵਾਂਗੇ ਜਿਤਾਵਾਂਗੇ, ਹੁਣ ਹਾਰ ਗਿਆ, ਹੁਣ ਮੇਰੀ ਬੇਇੱਜ਼ਤੀ ਕਰਨ ਲੱਗੇ ਯਾਰ, ਤੇ ਸਭ ਤੋਂ ਵੱਧ ਇਹ ਕਰ ਰਿਹਾ ਮੇਰੀ ਬੇਇੱਜ਼ਤੀ। ਨਹੀਂ ਯਾਰ ਮੈਂ ਆਪਦੇ ਸਿਰ ਤੇ ਜਿੱਤਣਾ ਚਾਹੁੰਦਾ, ਇਹਦਾ ਹੀ ਮੈਂ ਹਾਰ ਜਾਣਾ ਰੇ, ਮੈਨੂੰ ਲੱਗਦਾ ਜਿਸ ਹਿਸਾਬ ਨਾਲ ਮੇਰੇ ਹਾਲਾਤ ਆ। ਹਾਂਜੀ ਬਾਈ, ਤੁਸੀਂ 80-90 ਹਜ਼ਾਰ ਬੰਦਾ ਪੁੱਟਰ ਨਾਲ ਜੁੜਿਆ ਹੋਇਆ, ਹਾਂਜੀ
ਰੋਸਟੀ ਕਰੀ ਜਾਣਾ ਜਿੰਨਾ ਟਾਈਮ ਕਰ ਸਕਦੇ ਆ ਜਗਰਾਓ ਤੱਕ ਇਹਨਾਂ ਨੇ ਬੋਲੀ ਜਾਣਾ ਤੂੰ ਹਾਰ ਗਿਆ ਤੂੰ ਹਾਰ ਗਿਆ ਏਦਾਂ ਹੋ ਗਿਆ ਕਰਨਾ ਮੇਰੀ ਮੈਂ ਬਾਈ ਸ਼ਰਮ ਕਰ ਲਈ ਆ ਸਬਸਕ੍ਰਾਈਬ ਕਰ ਲੋ ਯਾਰ ਕੀ ਹੁੰਦਾ ਹੁਣ ਸਬਸਕ੍ਰਾਈਬ ਕਰ ਲੋ ਬਾਈ ਯਾਰ ਕਰਨਾ ਪੈਣਾ ਤੁਹਾਨੂੰ ਬਾਏ।